हाय फ्रेंड्स वेलकम कर दियो ਤੁਹਾਡਾ ਸਾਰੇ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਜੌਬ ਵੈਕੈਂਸੀ ਅਪਡੇਟਸ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਬਿਕੋਜ਼ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਫੂਡ ਡਿਪਾਰਟਮੈਂਟ ਦੀ ਇੱਕ ਹੋਰ ਭਰਤੀ ਜਿਹੜੀ ਆ ਉਹ ਸਿੱਧੀ ਭਰਤੀ 2022 ਵਾਸਤੇ ਆਊਟ ਕਰ ਦਿੱਤੀ ਗਈ ਆ ਆਖਰੀ ਮਿਤੀ 10 ਜਨਵਰੀ 2022 ਤੱਕ ਤੁਸੀਂ ਅਪਲਾਈ ਕਰਨਾ ਹੈ ਆਨਲਾਈਨ ਹੀ ਅਪਲਾਈ ਕਰਨਾ ਹੈ ਕੋਈ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ ਆਫਲਾਈਨ ਦੇ ਵਿੱਚ ਅਗਰ ਅਪਲਾਈ ਕਰਨਾ ਹੁੰਦਾ ਉਹਦੇ ਲਈ ਤੁਹਾਨੂੰ ਜਲਦੀ ਅਪਲਾਈ ਕਰਨਾ ਹੁੰਦਾ ਹੈ ਆਨਲਾਈਨ ਅਪਲਾਈ ਕਰਨਾ ਤੁਸੀਂ ਜਦੋਂ ਮਰਜ਼ੀ ਅਪਲਾਈ ਕਰ ਸਕਦੇ ਤੁਹਾਨੂੰ ਮੈਂ ਦੱਸਾਂਗੀ ਵੀ ਕਿੱਦਾਂ ਅਪਲਾਈ ਕਰਨਾ ਹੈ ਠੀਕ ਹੈ ਇਹਦੇ ਵਿੱਚ ਹਰ ਇੱਕ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਵੀ ਵੈਕੈਂਸੀਸ ਨੇ ਹਰ ਕੋਈ ਅਪਲਾਈ ਕਰ ਸਕਦੇ ਆ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਐਲੀਜੀਬਲ ਨੇ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਕਿਵੇਂ ਅਪਲਾਈ ਕਰਨਾ ਹੈ ਕੀ ਕੀ ਰਹਿਣ ਵਾਲੀ ਹੈ ਐਲੀਜੀਬਿਲਿਟੀ ਸਾਰਾ ਆਪਾਂ ਸਟੈਪ ਬਏ ਸਟੈਪ ਡਿਸਕਸ ਕਰਾਂਗੇ ਵੀਡੀਓ ਨੂੰ ਤੁਸੀਂ ਕੰਪਲੀਟ ਜ਼ਰੂਰ ਦੇਖਣਾ ਹੈ ਇਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਇਸ ਤੋਂ ਇਲਾਵਾ ਵੀ ਕਾਫੀ ਸਾਰੇ ਡਿਪਾਰਟਮੈਂਟਸ ਜਿਨ੍ਹਾਂ ਦੀਆਂ ਵੈਕੈਂਸੀਜ਼ ਜਿਹੜੀਆਂ ਆਊਟ ਕਰ ਦਿੱਤੀਆਂ ਗਈਆਂ ਇਸ ਤੋਂ ਪਹਿਲਾਂ ਮੈਂ ਚੈਨਲ ਦੇ ਉੱਤੇ ਤਿੰਨ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਜੇ ਕਿਸੇ ਕਾਰਨ ਤੁਸੀਂ ਨਹੀਂ ਦੇਖੀਆਂ ਜਾਂ ਤੁਸੀਂ ਚੈਨਲ ਤੇ ਆਏ ਹੋ ਪਹਿਲੀ ਵਾਰੀ ਉਹ ਵੀਡੀਓਜ਼ ਨੂੰ ਵੀ ਜ਼ਰੂਰ ਚੈੱਕ ਕਰ ਲੈਣਾ ਉਹ ਵੀ ਸਿਰਫ ਪੰਜਾਬ ਲੋਕੇਸ਼ਨ ਵਾਸਤੇ ਆਊਟ ਕੀਤੀਆਂ ਗਈਆਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਇਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਾਦਵੀ ਮੈਂ ਤੁਹਾਡੇ ਲਈ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਰਿਕਰੂਟਮੈਂਟ ਦੇ ਚੱਲਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਅਸੀਂ ਆ ਚੁੱਕੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ ਨੋਟੀਫਿਕੇਸ਼ਨ ਰਿਲੀਜ਼ ਕੀਤਾ ਜਾ ਚੁੱਕੇ ਹੈ ਲਾਸਟ ਡੇ ਜਿਹੜੀ ਅਪਲਾਈ ਕਰਨ ਦੀ 10 ਜਨਵਰੀ 2022 ਦਪਹਿਰ 11:00 ਰਾਤੀ 11:55 ਤੱਕ ਤੁਸੀਂ ਅਪਲਾਈ ਕਰ ਸਕਦੇ ਆ ਫੀਸ ਪੇਮੈਂਟ ਦੇ ਵਾਸਤੇ ਵੀ ਲਾਸਟ ਡੇ ਸੇਮ ਹੈ ਔਰ ਟਾਈਮਿੰਗ ਵੀ ਸੇਮ ਰਹੇਗੀ ਉਸ ਤੋਂ ਬਾਅਦ ਤੁਹਾਡਾ ਇਹਦੇ ਵਿੱਚ ਐਗਜ਼ਾਮ ਹੋਣ ਵਾਲਾ ਹੈ ਆਬਜੈਕਟਿਵ ਟਾਈਪ ਰਹੇਗਾ ਕੰਪਿਊਟਰ ਬੇਸਡ ਐਗਜ਼ਾਮ ਤੁਹਾਡਾ ਹੋਣ ਵਾਲਾ ਹੈ ਜਿਹੜਾ ਕਿ ਆਨਲਾਈਨ ਕੰਪਿਊਟਰ ਬੇਸਡ ਐਗਜ਼ਾਮ ਰਹੇਗਾ ਜਿਹੜਾ ਤੁਹਾਡਾ 25 ਜਨਵਰੀ ਤੋਂ 5 ਫਰਵਰੀ 2022 ਦੇ ਵਿਚਕਾਰ ਜਿਹੜਾ ਉਹ ਹੋ ਸਕਦਾ ਹੈ ਬਾਕੀ ਜਦੋਂ ਇਹ ਐਗਜ਼ਾਮ ਡੇਟ ਅਗਰ ਇਹਦੇ ਵਿੱਚ ਹੀ ਰਹਿੰਦੀ ਹੈ 10 ਦਿਨ ਪਹਿਲਾਂ ਐਡਮਿਟ ਕਾਰਡ ਆ ਜਾਣਗੇ ਇਹ ਆਪਣੀ ਸਾਈਟ ਤੇ ਅਪਡੇਟ ਵੀ ਕਰਨਗੇ ਤਾਂ ਮੈਂ ਤੁਹਾਨੂੰ ਦੱਸਾਂਗੀ ਵੀ ਹੁਣ ਉਸ ਤੋਂ ਬਾਅਦ ਗੱਲ ਇੱਥੇ ਆਂਦੀ ਹੈ ਪੋਸਟ ਕਿੰਨਿਆਂ ਨੇ ਤੇ ਇਹਦੇ ਵਿੱਚ ਕੈਟਾਗਰੀ ਵਾਈਜ਼ ਵੈਕੈਂਸੀਸ ਨੂੰ ਡਿਵਾਈਡ ਕੀਤਾ ਹੈ ਟੋਟਲ 641 ਪੋਸਟਾਂ ਇਹਨਾਂ ਨੇ ਆਊਟ ਕਰ ਦਿੱਤੀਆਂ ਬਹੁਤ ਵਧੀਆ ਮੌਕਾ ਆ ਮੁੰਡੇ ਕੁੜੀਆਂ ਦੋਨਾਂ ਵਾਸਤੇ ਹਰ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਪੋਸਟਾਂ ਆਈਆਂ ਹੋਈਆਂ ਆ ਅਨਡਿਸਰਵਡ ਵਾਸਤੇ 286 ਪੋਸਟਾਂ ਆ AWS 61 एससीली 93 एसटीडी 68 ओबीसी एनसीएल वास्ते 133 एक्स सर्विसमैन वास्ते आठ वैकेंसीज ਨੇ ਉਸ ਤੋਂ ਬਾਅਦ ਰਿਜ਼ਰਵੇਸ਼ਨ ਹੈਗੀ ਆ पीडब्ल्यूडी ਕੈਂਡੀ ਪीडब्ल्यूਬੀਡੀ ਕੈਂਡੀਡੇਟ ਵਾਸਤੇ ਉਸ ਤੋਂ ਬਾਅਦ ਪीडब्ल्यूਬੀਡੀ ਕੈਂਡੀਡੇਟ ਵਾਸਤੇ ਅਲੱਗ-ਅਲੱਗ ਇਹਨਾਂ ਨੇ ਮੈਂਸ਼ਨ ਕੀਤਾ ਉਹ ਤੁਸੀਂ ਆਪਣੇ ਅਕੋਰਡਿੰਗ ਇਹਦੇ ਚੈੱਕ ਕਰ ਸਕਦੇ ਆ ਨੈਕਸਟ ਅਸੀਂ ਗੱਲ ਕਰੀਏ ਕੁਆਲਿਫਿਕੇਸ਼ਨ ਦੀ 10th ਪਾਸ ਕੈਂਡੀਡੇਟ ਇਹਦੇ ਵਾਸਤੇ ਐਲੀਜੀਬਲ ਐਪਲਾਈ ਕਰ ਸਕਦੇ ਆ 12th ਗ੍ਰੈਜੂਏਟ ਕੈਂਡੀਡੇਟ ਵੀ ਐਲੀਜੀਬਲ ਹੈ ਉਹ ਵੀ ਇੱਥੇ ਜਿਹੜਾ ਉਹ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਸਿਟਿਸ ਜਿਹੜੇ ਇਹਦੇ ਵਿੱਚ ਇਹਨਾਂ ਨੇ ਕਿਤਾ ਹੈ ਆਨਲਾਈਨ ਤੁਹਾਡਾ ਜਿਹੜਾ ਇਹ ਚ ਐਗਜ਼ਾਮ ਹੋਣਾ ਹੈ ਪੰਜ ਸਿਟੀਆਂ ਦੇ ਵਿੱਚ ਤੁਹਾਡਾ ਜਿਹੜਾ ਇਹ ਐਗਜ਼ਾਮ ਸੈਂਟਰਸ ਉਹ ਬਣेंगे ਠੀਕ ਹੈ ਉਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰੀਏ ਮਿਨੀਮਮ 18 ਮੈਕਸਿਮਮ 30 ਏਜ ਹੈ ਤੁਹਾਡੀ ਅਪਲਾਈ ਕਰ ਸਕਦੇ ਆ ਪਲੱਸ ਤੁਹਾਨੂੰ ਰਿਲੈਕਸੇਸ਼ਨ ਮਿਲੇਗਾ ਜੇ ਕੋਈ ਕੋਈ ਵਰਕਿੰਗ ਐਮਪਲੋਈ ਅਪਲਾਈ ਕਰਨਾ ਚਾਹੁੰਦੇ ਆ ਉਹ ਵੀ ਕਰ ਸਕਦੇ ਆ ਉਹਨਾਂ ਵਾਸਤੇ ਜਿਹੜੀ ਉਮਰ ਵੱਧ ਤੋਂ ਵੱਧ 58 ਆ ਜਿਹੜੇ ਕੈਂਡੀਡੇਟ ਫਰੈਸ਼ੇਸ ਆ ਉਹਨਾਂ ਲਈ 18 ਤੋਂ 30 ਪਲੱਸ ਰਿਲੈਕਸੇਸ਼ਨ ਆ 5 ਸਾਲ ਦਾ ਐਸਸੀ ਜੀ ਨੂੰ 3 ਸਾਲ ਦਾ ਜਿਹੜਾ OBC ਕੈਂਡੀਡੇਟ ਨੂੰ ਆ PWD ਨੂੰ 10 ਸਾਲ ਦਾ ਐਂਡ ਅਡਜਸਟ ਐਸ ਪਰ ਨੋਰਮਸ ਇਸ ਐਕਸਚੇਂਜ ਜਿਹੜਾ ਤੁਹਾਨੂੰ ਦਿੱਤਾ ਜਾਊਗਾ ਉਹ ਤੁਸੀਂ ਜਿਹੜਾ ਉਹ ਆਪਣੇ ਅਕੋਰਡਿੰਗਲੀ ਇਹਦੇ ਵਿੱਚ ਚੈੱਕ ਵੀ ਕਰ ਸਕਦੇ ਆ ਕਾਫੀ ਵੱਡੀ ਇਹ PDF ਹੈ ਹੁਣ ਗੱਲ ਕਰਦੇ ਆ ਐਪਲੀਕੇਸ਼ਨ ਫੀ ਦੀ ਇਹਦੇ ਵਿੱਚ ਅਨਡਿਸਰਵਡ OBC ਐਂਡ AWS ਵਾਸਤੇ 700 ਇਗਜ਼ਾਮ ਦੀ ਫੀ ਹੈ ਰਜਿਸਟ੍ਰੇਸ਼ਨ ਦੀ ਫੀ 300 ਰੁਪਏ ਆ 1000 ਰੁਪਏ ਰਹੇਗੀ ਟੋਟਲ ਫੀ ਸਿੱਕੇ ਉਸ ਤੋਂ ਬਾਅਦ SC ST PWD ਐਂਡ ਫੀਮੇਲ ਕੈਂਡੀਡੇਟ ਜਿਹੜੀ ਮਰਜੀ ਕੈਟਾਗਰੀ ਰਹੀ ਆ ਉਹਨਾਂ ਲਈ ਕੋਈ ਫੀਸ ਨਹੀਂ ਹੈ 300 ਰੁਪਏ ਸਿਰਫ ਰਜਿਸਟ੍ਰੇਸ਼ਨ ਫੀ ਹੈ ਉਹ ਤੁਸੀਂ ਸਿਰਫ 300 ਹੀ ਪੇ ਕਰਨੇ ਆ ਨੈਕਸਟ ਦੀ ਗੱਲ ਕਰਦੇ ਆ ਇਹਦੇ ਵਿੱਚ ਜਿਹੜਾ ਐਗਜ਼ਾਮ ਦੇ ਬਾਰੇ ਇਹਨਾਂ ਨੇ ਇਹ ਵੀ ਦੱਸਿਆ ਕਿ ਤੁਹਾਡੀ 0.25 ਦੀ 네ਗੇਟਿਵ ਮਾਰਕਿੰਗ ਰਹੇਗੀ ਪੇਪਰ ਦੀ ਅਗਰ ਗੱਲ ਕਰੀਏ ਇੰਗਲਿਸ਼ ਹਿੰਦੀ ਟੂ ਲੈਂਗੁਏਜਸ ਦੇ ਵਿੱਚ ਤੁਹਾਡਾ ਜਿਹੜਾ ਇਹਦੇ ਵਿੱਚ ਪੇਪਰ ਹੋਣ ਵਾਲਾ ਆ ਸੋ ਉਹਦੇ ਅਕੋਰਡਿੰਗਲੀ ਤੁਸੀਂ ਜੇ ਕਰਨਾ ਹੈ ਇਹਦੇ ਵਿੱਚ ਆਪਣਾ ਅਪਲਾਈ ਕਰਨਾ ਹੈ ਹੁਣ ਇਹਦੇ ਵਿੱਚ ਗੱਲ ਆਉਂਦੀ ਹੈ ਕਿ ਤੁਹਾਡਾ ਜਿਹੜਾ ਐਗਜ਼ਾਮ ਪੈਟਰਨ ਕੀ ਰਹਿਣ ਵਾਲਾ ਆ ਇਹ ਜਿਹੜੀ ਪੀਡੀਐਫ ਹੈ ਨਾ 38 ਪੇਜਾਂ ਦੀ ਆ 23rd ਪੇਜ ਤੇ ਅਸੀਂ ਆ ਚੁੱਕੇ ਹਾਂ ਜਿੱਥੇ ਇਹਨਾਂ ਨੇ ਤੁਹਾਡਾ ਮੈਂਸ਼ਨ ਕੀਤਾ ਹੋਇਆ ਹੈ ਐਗਜ਼ਾਮ ਪੈਟਰਨ ਯਾਦ ਰੱਖਿਓ 38 ਪੇਜ ਨੰਬਰ ਠੀਕ ਹੈ ਕੁਆਲੀਫਿਕੇਸ਼ਨ ਜਿਹੜੀ ਰਿਕੁਆਇਰਡ ਹੈ 10th ਪਾਸ ਹੈ ਆਦਰਸ ਵੀ ਅਪਲਾਈ ਕਰ ਸਕਦੇ ਆ 12th ਜਾਂ ਗ੍ਰੈਜੂਏਟ ਜਿਹੜੀ ਮਰਜ਼ੀ ਅਪਲਾਈ ਕਰ ਸਕਦੇ ਆ 100 ਮਾਰਕਸ ਦਾ ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਹੈ ਤੁਹਾਡੇ ਕੁਐਸਚਨਸ ਜਾਣਗੇ 1 ਐਂਡ 1/2 ਆਵਰ ਦਾ ਤੁਹਾਡੇ ਕੋਲ ਟਾਈਮ ਇਹਦੇ ਵਿੱਚ ਰਹੇਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਮੈਂਸ਼ਨ ਕੀਤਾ ਹੈ ਜਨਰਲ ਨੋਲੇਜ ਦੇ 25 ਕੁਐਸ਼ਨਸ ਰਹਿਣਗੇ ਮੈਥਸ ਨਾਲ ਰਿਲੇਟਿਡ 25 ਕੁਐਸ਼ਨਸ ਰਹਿਣਗੇ ਸਾਇੰਸ ਨਾਲ ਰਿਲੇਟਿਡ 25 ਕੁਐਸ਼ਨਸ ਰਹਿਣਗੇ ਸੋਸ਼ਲ ਸਾਇੰਸ ਨਾਲ ਰਿਲੇਟਿਡ 25 ਕੁਐਸ਼ਨਸ ਤੇ ਡੇਟ ਆਜ ਦਾ ਤੁਹਾਡਾ ਕੋਈ ਦੇ ਵਿੱਚ ਟਾਈਮ ਹੋ ਨਾ ਲਿਆ ਇੰਗਲਿਸ਼ ਅਤੇ ਹਿੰਦੀ ਦੋਨੋਂ ਲੈਂਗੁਏਜ ਦੇ ਵਿੱਚ ਹਰ ਸੈਕਸ਼ਨ ਦੇ ਰਹਿਣਗੇ ਫਸਟ ਸੈਕਿੰਡ ਥਰਡ ਐਂਡ ਫੋਰਥ ਠੀਕ ਹੈ ਔਰ ਇਹ ਜਿਹੜੀ ਵੈਕੈਂਸੀ ਹੈ ਇਹ ਟੈਕਨੀਸ਼ੀਅਨ ਵਾਸਤੇ ਆਊਟ ਕੀਤੀ ਹੈ ਸਿਰਫ ਪੇਪਰ ਹੋਏਗਾ ਕੋਈ ਇੰਟਰਵਿਊ ਤੁਹਾਡੀ ਨਹੀਂ ਹੋਣੀ ਹੈ ਉਸ ਤੋਂ ਬਾਅਦ ਇਹਨਾਂ ਨੇ ਦੇਖੋ ਇਹਦੇ ਵਿੱਚ ਸ ਇਸ ਰਿਵਰਸ ਜਿਹੜਾ 24 ਪੇਜ ਤੇ ਮੈਂਸ਼ਨ ਕੀਤਾ ਤੁਸੀਂ ਰਾਈਟ ਹੈਂਡ ਸਾਈਡ ਤੇ ਦੇਖ ਸਕਦੇ ਆ ਸੋ ਇਹ ਤੁਸੀਂ ਅਪਨੇ ਅਕੋਰਡਿੰਗਲੀ ਜਿਹੜਾ ਚੈੱਕ ਕਰਕੇ ਅਪਲਾਈ ਕਰ ਲੈਣਾ ਉਸ ਤੋਂ ਬਾਅਦ ਜਿਹੜੀਆਂ ਇਹ ਵੈਕੈਂਸੀਜ਼ ਆ ਪੰਜਾਬ ਵਾਸਤੇ ਵੀ ਆਊਟ ਕੀਤੀਆਂ ਗਈਆਂ ਤਾਂ ਕਰਕੇ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਡਿਪਾਰਟਮੈਂਟ ਦਾ ਨੇਮ ਮੈਂ ਤੁਹਾਨੂੰ ਦੱਸ ਦਿੰਦੇ ਆ ਇਹ ਜਿਹੜੀਆਂ ਵੈਕੈਂਸੀਜ਼ ਆਊਟ ਕੀਤੀ ਗਈਆਂ ICAR ਵੱਲੋਂ ਆਊਟ ਕੀਤੀ ਗਈਆਂ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ FCA ਵਾਸਤੇ ਵੈਕੈਂਸੀਜ਼ ਆਊਟ ਕੀਤੀ ਗਈਆਂ ਪੰਜਾਬ ਦੇ ਵਾਸਤੇ ਵੀ ਕੈਂਡੀਡੇਟ ਐਲੀਜੀਬਲ ਹੈ ਅਪਲਾਈ ਕਰ ਸਕਦੇ ਆ ਤੁਸੀਂ ਇੱਥੇ ਆਪਣੇ ਅਕੋਰਡਿੰਗਲੀ ਚੈੱਕ ਵੀ ਕਰ ਲਿਓ ਅਲੱਗ-ਅਲੱਗ ਲੋਕੇਸ਼ਨ ਵਾਈਜ਼ ਇਹਨਾਂ ਨੇ ਮੈਂਸ਼ਨ ਕੀਤੀ ਆ ਪੋਸਟਾਂ ਵੀ ਇਵਨ ਐਗਜ਼ਾਮ ਸੈਂਟਰ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਆ 1 ਸੈਕਿੰਡ ਥੋੜਾ ਸਕਰੋਲ ਕਰਕੇ ਇਹ ਸਾਰੇ ਲੋਕੇਸ਼ਨ ਇਹਨਾਂ ਨੇ ਮੈਂਸ਼ਨ ਕੀਤੇ ਆ 19 ਤੋਂ 20 21 ਪੇ ਸਾਰੇ ਆ ਇਹਦੇ ਵਿੱਚ ਪੰਜਾਬ ਕਿੰਨੇਵੇਂ ਨੰਬਰ ਤੇ ਆ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਆ ਪੰਜਾ ਤੁਸੀਂ ਦੇਖ ਸਕਦੇ ਹੋ 116 ਤੋਂ ਲੈ ਕੇ 20 ਤੱਕ ਮੈਂਸ਼ਨ ਕੀਤਾ ਹੈ ਆ ਪੰਜਾਬ ਦੇ ਵਿੱਚ ਪੰਜ ਜਗ੍ਹਾ ਐਗਜ਼ਾਮ ਸੈਂਟਰ ਬਣਨਗੇ ਮਤਲਬ ਹਰ ਲੋਕੇਸ਼ਨ ਦੇ ਵਿੱਚ ਜਿਵੇਂ ਹਰ ਸਟੇਟ ਦੇ ਵਿੱਚ ਇਹ ਪੰਜ ਐਗਜ਼ਾਮ ਸੈਂਟਰ ਬਣਾ ਰਿਹਾ ਪੰਜਾਬ ਚ ਅੰਮ੍ਰਿਤਸਰ ਬਠਿੰਡਾ ਜਲੰਧਰ ਲੁਧਿਆਣਾ ਪਟਿਆਲਾ ਵਿੱਚ ਬਣਾ ਰਿਹਾ ਸੋ ਆਪਣੇ ਅਕੋਰਡਿੰਗਲੀ ਤੁਸੀਂ ਚੈੱਕ ਕਰਕੇ ਅਪਲਾਈ ਜ਼ਰੂਰ ਕਰਨਾ ਹੈ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਜੇ ਦਿੱਤਾ ਹੈ ਹੁਣ ਆਪਾਂ ਮਿਲਾਂਗੇ ਨਵੀਂ ਇਨਫੋਰਮੇਸ਼ਨ ਨਾਲ ਥੈਂਕਸ ਫॉर ਵਾਚਿੰਗ